ये बिलायती भाई, ये देखो ये वाला बकरा माशाल्लाह पूरा जबरदस्त है। ये वाला बकरा अपने पास सेल पर है, मेरे पास आई आज ही आई, आज ही चली गई, मतलब दो बकरियां खरीदी आज ही चली गई, ऑर्डर पर ही रहती है। देखो चीज, इसको चीज बोलते हैं, ये है डबल हड्डी। भाई नेड़े लो जी, लो ये डबल हड्डी है, डबल हड्डी, कान भी बहुत बड़ा। हाँ ये देखो माशाल्लाह, अभी समझ लो दूध पीता है ये बच्चा। सत श्री अकाल भाई सारयां नूं, मुल्लापुर बकरियां दी मंडी ते खड़े हां ते अपने नाल भाई रियासत खान आ, इन्हां ने इत्थों खरीददारी कीती आ पूरी टॉप क्वालिटी दी, तुहानूं बच्चे भी दिखावांगे ते बकरियां भी ते बकरे भी सारा कुछ ते भाई तों पुछांगे भी कम कार किवें चलदा, ते जिहड़े भरा व्यापार करना चाहुंदे आ बकरियां दा जां बकरियां खरीदणा चाहुंदे ने तां भाई नाल संपर्क कर लिओ, इहदा आपां नंबर स्क्रीन ते दवांगे, ते आ जाओ हुण उहनां नाल गल्लबात करदे आ। ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ, ਆਦਾਬ, ਅਸਲਾਮ ਅਲੈਕੁਮ ਵਰਹਮਤੁਲਾਹ ਵਬਰਕਾਤੁਹ। ਹੋਰ ਜੀ ਬਾਈ ਸਾਹਿਬ, ਬਲੈਦ ਟੀਵੀ ਕੀ ਹਾਲ ਆ ਬਾਈ? ਬਾਈ ਵਧੀਆ ਹੋ ਰਹੀ ਹੈ। ਤੇ ਪਹਿਲਾਂ ਤਾਂ ਐਂ ਦੱਸੋ ਵੀ ਅੱਜ ਮੰਡੀ 'ਚੋਂ ਕੀ ਖਰੀਦਿਆ, ਕਿੰਨੀ ਕੁ ਕੁਆਲਿਟੀ ਦਾ ਮਾਲ ਖਰੀਦਿਆ? ਕੁਛ ਮਾਲ ਉਧਰੋਂ ਲੈ ਕੇ ਵੀ ਆਉਣਾ। ਅੱਛਾ, ਕੁਛ ਮਾਲ ਜੋ ਮਾਨ ਕੇ ਚਲੋ ਜੈਸੇ ਬੱਕਰੀਆਂ ਹੈ ਔਰ ਸਾਥ ਮੇਂ ਪੱਠਾ ਹੈ, ਕਮ ਸੇ ਕਮ 20-25 ਪੱਠਾ ਖਰੀਦੀਏ, ਚਾਰ ਪੰਜ ਬੱਕਰੀਆਂ ਖਰੀਦੀਏ। ਠੀਕ ਹੈ। ਔਰ ਕੁਛ ਬੱਕਰੇ ਬਰਬਰੇ ਜੇ ਲਿਆ, ਜੇ ਦੇਖੋ ਬਰਬਰੇ। ਹਾਂ ਬਰਬਰੇ ਦਿਖਾਓ ਬਾਈ ਪਹਿਲਾਂ। ਦੇਖੋ ਮਾਸ਼ਾਅੱਲਾ ਜੇ ਬਰਬਰੇ ਜਾ ਰਹੇ ਹਨ ਤਾਮਿਲਨਾਡੂ। ਅੱਛਾ, ਇਹ ਤਾਮਿਲਨਾਡੂ ਜਾ ਰਹੇ ਹਨ ਬਰਬਰੇ, ਇਹ ਹੁੰਦੇ ਆ ਅਸਲੀ ਬਰਬਰੇ। ਇਹ ਦੇਖੋ ਇਹ ਆਰਡਰ ਆਇਆ ਸੀ ਆਪਣਾ, ਆਰਡਰ ਕੇ ਹਿਸਾਬ ਸੇ ਜਿੰਨਾ ਮਾਲ ਮੈਂ ਖਰੀਦਤਾ ਹੂੰ ਸਾਰਾ ਮਾਲ ਬਾਈ ਸਾਹਿਬ ਉਹ ਆਰਡਰ ਕੇ ਹਿਸਾਬ ਸੇ ਮੈਂ ਖਰੀਦਤਾ ਹੂੰ, ਆਰਡਰ ਕੇ ਬਗੈਰ ਕੋਈ ਮਾਲ ਵੀ ਮੈਂ ਨਹੀਂ ਖਰੀਦਤਾ। ਕੋਈ ਆਦਮੀ ਕਹਿ ਦੇ ਬਗੈਰ ਆਰਡਰ ਕੇ ਸਾਥ ਮਾਲ ਮੇਰੇ ਪਾਸ ਆਤਾ ਬਾਅਦ ਮੈਂ ਪਹਿਲੇ ਚਲਾ ਜਾਤਾ ਹੈ। ਇਹ ਬੱਕਰੀਆਂ ਮੇਰੇ ਪਾਸ ਆਈ ਆਜ ਹੀ ਆਈ, ਆਜ ਹੀ ਚਲੀ ਗਈ, ਮਤਲਬ ਦੋ ਬੱਕਰੀਆਂ ਖਰੀਦੀ ਆਜ ਹੀ ਚਲੀ ਗਈ, ਆਰਡਰ ਪਰ ਹੀ ਰਹਤੀ ਹੈ। ਕੁਛ ਮਾਲ ਐਸੇ ਜੋ ਪਸੰਦ ਆ ਜਾਤਾ ਹੈ, ਜੈਸੇ ਜੇ ਬੱਕਰਾ ਹੈ ਆਪਕੋ ਦਿਖਾਤਾ ਹੂੰ ਮੈਂ, ਇਹ ਵਾਲਾ ਬੱਕਰਾ, ਇਹ ਬਿਲੈਤੀ ਬਾਈ, ਇਹ ਦੇਖੋ ਇਹ ਵਾਲਾ ਬੱਕਰਾ ਮਾਸ਼ਾਅੱਲਾ ਪੂਰਾ ਜਬਰਦਸਤ ਹੈ। ਇਹ ਵਾਲਾ ਬੱਕਰਾ ਆਪਣੇ ਪਾਸ ਸੇਲ ਪਰ ਅਗਰ ਲੈਣਾ ਤਾਂ ਕੁਆਲਿਟੀ ਵਾਲਾ ਬੱਕਰਾ ਹੈ ਪੂਰਾ ਜਬਰਦਸਤ। ਠੀਕ ਹੈ ਜੀ, ਆਪਕੇ ਫਾਰਮ ਮੇਂ ਹੋਗਾ? ਹਾਂ ਹਾਂ, ਮੇਰੇ ਫਾਰਮ ਪੇ ਹੋਗਾ, ਲੈਣਾ ਕਿਸੇ ਨੇ ਲੈ ਸਕਦਾ ਹੈ। ਠੀਕ ਹੈ ਬਾਈ, ਬਹੁਤ ਜਬਰਦਸਤ ਹੈ ਔਰ ਸ਼ਾਨ ਬਹੁਤ ਬੜਾ ਹੈ ਨਾ। ਜ਼ਿਆਦਾਤਰ ਬਿਲੈਤੀ ਬਾਈ ਮੈਂ ਕੁਆਲਿਟੀ ਹੀ ਖਰੀਦਤਾ ਹੂੰ, ਦੂਸਰਾ ਮਾਲ ਮੈਂ ਨਹੀਂ ਖਰੀਦਤਾ। ਠੀਕ ਹੈ, ਕੁਆਲਿਟੀ ਹੀ ਮੇਰੇ ਪਾਸ ਵਿਕਤੀ ਹੈ, ਅਨਕੁਆਲਿਟੀ ਮੈਂ ਨਹੀਂ ਖਰੀਦਤਾ। ਜੀ ਦੇਖੋ ਬੱਚੇ ਮਾਸ਼ਾਅੱਲਾ, ਇਹ ਤਿੰਨ ਤਿੰਨ ਮਿਠਾਈ, ਤਿੰਨ ਤਿੰਨ ਮਹੀਨੇ ਕੇ ਬੱਚੇ ਹੈ, ਕੋਈ ਕਹਿ ਦੇਗਾ? ਕੋਈ ਨਹੀਂ ਬੋਲੇਗਾ। ਇੱਕ ਆਪਕੇ ਪਾਸ ਵੋ ਕਾਲਾ ਬੱਚਾ ਥਾ, ਵੋ ਦਿਖਾਓ। ਵੋ ਦਿਖਾਤਾ ਹੂੰ ਆਪਕੋ, ਦੁੱਧ ਪੀਤਾ ਬੱਚਾ ਵੀ ਜੇ, ਦੁੱਧ ਪੀਤਾ ਹੈ ਜੇ, ਦਿਖਾਤਾ ਹੂੰ, ਇਹ ਦੇਖੋ ਜੀ, ਆਪ ਦੇਖੋ ਚੀਜ਼, ਇਸਕੋ ਚੀਜ਼ ਬੋਲਤੇ ਹੈ, ਇਹ ਹੈ ਡਬਲ ਹੱਡੀ। ਉਰੇ ਲੈ ਬਈ ਨੇੜੇ ਲੈ, ਲਓ ਜੀ ਲਓ, ਇਹ ਡਬਲ ਹੱਡੀ ਹੈ, ਡਬਲ ਹੱਡੀ, ਕੰਨ ਵੀ ਬਹੁਤ ਵੱਡਾ। ਹਾਂ ਇਹ ਦੇਖੋ ਮਾਸ਼ਾਅੱਲਾ, ਅਭੀ ਸਮਝ ਲਓ ਦੁੱਧ ਪੀਤਾ ਹੈ ਇਹ ਬੱਚਾ। ਕਿਤਨੇ ਮੰਥ? ਇਹ ਮੈਸੂਰ ਜਾ ਰਹਾ ਹੈ, 3 ਮਹੀਨੇ ਕਾ ਬੱਚਾ ਹੈ। ਠੀਕ ਹੈ ਠੀਕ ਹੈ, ਮੈਸੂਰ ਜਾ ਰਹਾ ਹੈ, ਮੈਸੂਰ ਕਰਨਾਟਕਾ ਮੈਸੂਰ, ਇਹ ਵੀ ਜਾ ਰਹਾ ਬੱਚਾ। ਇਹ ਦੇਖੋ ਮਾਸ਼ਾਅੱਲਾ, ਸਾਥ ਮੈਂ ਆਪਣੇ ਦੋਸਤ ਕੋ ਮੈਸੂਰ ਭੇਜ ਰਹਾ ਹੂੰ। ਇਹ ਦੇਖੋ ਮਾਸ਼ਾਅੱਲਾ, ਇਹ ਵਾਲਾ ਬੱਚਾ, ਇਹ ਦੇਖੋ ਇਹ ਵੀ ਮੈਸੂਰ ਜਾ ਰਹਾ ਹੈ। ਠੀਕ ਹੈ ਬਾਈ, ਮਾਸ਼ਾਅੱਲਾ ਜ਼ਿਆਦਾਤਰ ਹੈ ਬਾਹਰ ਕਾ ਆਰਡਰ ਹੀ ਹੈ ਮੇਰੇ ਪਾਸ, ਜਿਤਨਾ ਵੀ ਹੈ ਜਿਤਨੇ ਵੀ ਬਾਹਰ ਕੇ ਕਸਟਮਰ ਹੈ, ਜ਼ਿਆਦਾਤਰ ਆਪਕੇ ਚੈਨਲ ਕੇ ਜ਼ਰੀਏ ਸੇ ਕਹਿਤਾ ਹੂੰ, ਜ਼ਿਆਦਾ ਜ਼ਿਆਦਾ ਮਾਲ ਖਰੀਦੋ ਕੁਆਲਿਟੀ ਕਾ, ਕੁਆਲਿਟੀ ਕਾ ਮਾਲ, 10 ਕੀ ਜਗ੍ਹਾ 5 ਬੱਕਰੀ ਲੈ ਲਓ, 5 ਕੀ ਜਗ੍ਹਾ 4 ਲੈ ਲਓ, 4 ਕੀ ਜਗ੍ਹਾ 2 ਲੈ ਲਓ, ਪਰ ਕੁਆਲਿਟੀ ਕੀ ਚੀਜ਼ ਲਓ, ਮਤਲਬ ਬਗੈਰ ਕੁਆਲਿਟੀ ਕੀ ਚੀਜ਼ ਆਦਮੀ ਨਾ ਖਰੀਦੇ। ਅੱਛਾ, ਜਾਂ ਪੈਸੇ ਆਦਮੀ, ਮਸਲਾ ਕਿਆ ਹੋਤਾ ਆਜ ਕੇ ਚੀਜ਼ ਲੈ ਲੇਤਾ ਆਦਮੀ ਅਨਕੁਆਲਿਟੀ ਕੀ, ਔਰ ਪੈਸੇ ਲਗਾ ਦੇਤਾ ਕੁਆਲਿਟੀ ਕੇ, ਕੁਆਲਿਟੀ ਉਹ ਵੀ ਗਲਤ ਹੈ। ਅਗਰ ਹਮ ਅਨਕੁਆਲਿਟੀ ਕੀ ਚੀਜ਼ ਖਰੀਦ ਰਹੇ ਨਾ ਤੋ ਉਸਕੇ ਪੈਸੇ ਵੀ ਉਸ ਹਿਸਾਬ ਸੇ ਹੋਣੀ ਚਾਹੀਏ। ਹੂੰ, ਇਹ ਬੱਕਰੀਆਂ ਮਤਲਬ 35-35 ਹਜ਼ਾਰ ਕੀ ਹੈ ਮੇਰੇ ਪਾਸ, ਆਪਕੋ ਇਸੀ ਰੇਂਜ ਕੇ ਅੰਦਰ ਇਹ ਬੱਕਰੀ ਦਿਖਾਤਾ ਹੂੰ, ਲੈ ਇਹ ਬੱਕਰੀ ਮੈਂ ਦੇ ਦੂੰਗਾ 20 ਹਜ਼ਾਰ ਕੀ ਵਿਆਹ ਤੇ। ਅਗਰ ਮਾਨ ਕੇ ਚਲੋ ਹਮ ਬੱਕਰੀ ਪਰ ਪੈਸੇ ਲਗਾ ਰਹੇ ਹੈ, ਐਸੀ ਬੱਕਰੀ ਖਰੀਦ ਰਹੇ ਹੈ, ਅਗਰ ਇਸੀ ਕੋਈ ਹਮ 35-40 ਕੀ ਖਰੀਦੇਂਗੇ, ਆ ਬੱਕਰੀ ਕੇ ਅੰਦਰ ਕਮੀ ਨਹੀਂ ਹੈ ਕੋਈ, ਆਦਮੀ ਕਿਹਾ ਕਮੀ ਹੈ ਇਸਕੇ ਅੰਦਰ, ਇਸੀ ਬੱਕਰੀ ਕੋ 25-30 ਹਜ਼ਾਰ ਕੀ ਵੇਚ ਦੇਤੇ ਹੈ। ਠੀਕ ਹੈ, ਮਤਲਬ ਅਗਰ ਹਮਨੇ ਅਨਕੁਆਲਿਟੀ ਵੀ ਖਰੀਦਣੀ ਹੈ ਤੋ ਉਸ ਪਰ ਪੈਸੇ ਉਸ ਹਿਸਾਬ ਸੇ ਲਗਾਏ ਆਦਮੀ ਲਗਾਏ ਜਾਤੇ, ਐਸਾ ਨਹੀਂ ਹੈ ਕਿ ਅਨਕੁਆਲਿਟੀ ਪਰ ਕੁਆਲਿਟੀ ਕੇ ਪੈਸੇ, ਕੁਆਲਿਟੀ ਕੀ ਚੀਜ਼ ਰੇ, ਕੁਆਲਿਟੀ ਕੇ ਪੈਸੇ ਲਗਾਏ ਆਦਮੀ। ਤੋ ਅਗਰ ਬਈ ਆਪਸੇ ਕੋਈ ਖਰੀਦਣਾ ਚਾਹੇ ਪੂਰੇ ਕੁਆਲਿਟੀ ਕੀ ਬੱਕਰੀ ਹੈ ਨਾ, ਤੋ ਕਿਤਨੇ ਪੈਸੇ ਮੈਂ ਮਿਲ ਜਾਏਗੀ ਉਸਕੋ? 20 ਹਜ਼ਾਰ ਸੇ ਬੱਕਰੀ ਆਪਣੇ ਪਾਸ ਸਟਾਰਟਿੰਗ ਹੈ, ਉਸਕੇ ਬਾਅਦ ਚਾਹੇ 1-2 ਲੱਖ ਕੀ ਬੱਕਰੀ ਹੈ ਤਬ ਵੀ ਬੱਕਰੀ ਰਹਤੀ ਹੈ। ਅਭੀ ਪੰਜਾਬ ਕੇ ਅੰਦਰ ਮਾਸ਼ਾਅੱਲਾ ਅੱਜ ਮੰਡੀ ਕੇ 2 ਲੱਖ ਕਾ ਬੱਕਰਾ ਵਿਕਾ, ਮਤਲਬ ਬੱਕਰੀਆਂ ਵਿਕਤੀ ਰਹਿਤੀ ਹੈ, ਵਿਕਤੀ ਰਹਿਤੀ ਹੈ। ਇਸ ਸੇ ਕੋਈ ਆਦਮੀ ਇਨਕਾਰ ਨਹੀਂ ਕਰ ਸਕਤਾ ਕਿ ਆਦਮੀ ਸੋਚਤਾ ਜੀ 20-40 ਹਜ਼ਾਰ ਸੇ ਉੱਪਰ ਬੱਕਰੀ ਨਹੀਂ ਹੋਤੀ। ਬੱਚੇ ਵਾਲੀ ਬੱਕਰੀ ਕਿਤਨੇ ਕੀ ਮਿਲ ਜਾਏਗੀ? 25 ਹਜ਼ਾਰ ਸੇ ਸਟਾਰਟਿੰਗ ਹੈ ਬੱਚੇ ਵਾਲੀ। ਹਾਂ, ਅਗਰ ਕੁਆਲਿਟੀ ਕੀ, ਥੋੜੀ ਸੀ ਕੁਆਲਿਟੀ ਮੈਂ, ਮਤਲਬ ਗੱਬਣ ਬੱਕਰੀ, ਨਾਰਮਲ ਬੱਕਰੀ ਜੋ ਰਹਤੀ ਹੈ, ਇੱਕ 20 ਹਜ਼ਾਰ ਕੀ ਮਿਲ ਜਾਤੀ ਹੈ ਬੱਚੇ ਇਸ ਕੇ ਸਮੇਤ, ਥੋੜੀ ਅਨਕੁਆਲਿਟੀ ਕੀ ਰਹਤੀ ਹੈ। ਮਤਲਬ ਮਾਲ ਖਰੀਦੋ ਆਪ, ਜਿਤਨਾ ਵੀ ਮਾਲ ਖਰੀਦਣਾ ਹੈ, ਜੇ ਅਬ ਕਿਆ ਚਲਤਾ ਹੈ, ਕੁਆਲਿਟੀ ਚਲਤੀ ਹੈ। ਅਗਰ ਆਦਮੀ ਨੇ ਆਗੇ ਜਾ ਕਰ ਬੱਚੇ ਸੇਲ ਕਰਨੇ ਹੈ, ਬੱਚੇ ਆਗੇ ਵੇਚਣੇ ਹੈ, ਪਹਿਲੇ ਚਲਾ ਜਾਂਦਾ ਥਾ, ਅਬ ਤੋ ਸੋਸ਼ਲ ਮੀਡੀਆ ਕੇ ਜ਼ਰੀਏ ਸੇ ਸਭ ਲੋਕ ਐਕਟਿਵ ਹੋਏ ਹੋਏ ਹੈ। ਮਤਲਬ ਪਹਿਲੇ ਕਿਆ ਹੋਤਾ ਥਾ, ਚਲਤਾ ਥਾ ਐਸੀ, ਜਿਸਕੋ ਜੈਸਾ ਮਾਲ ਦੇ ਦਿਆ
देसी को भी बीटल कहकर लोग दे देते थे। ठीक है, अभी नहीं चलता था वो। अभी क्या है, महंगाई का दौर है, मतलब चीज ले लो आप 20,000 की, बाद में वो ना बिके 10,000 रुपये घाटा देकर जाती है। 10 क्यों बिकती है, फायदा क्या है? कई बार तो बिकती ही नहीं, काम ही ऐसा हो जाता है। अभी कस्टमर बैठे हैं वो माल ना तो अगर गब्बन बकरियां अगर हमको करवा देंगे ना, वो काटने वाला भी नहीं लेगा। मतलब कई बार ऐसा होता है 20 की बकरी ली हमने तो चलो कटिंग में भी आदमी 10-12,000 की बेच देता है, अगर वो हम गब्बन करवा देंगे फिर कटिंग वाला भी नहीं लेता, कोई भी नहीं लेता। तो भाई बाहर तो आपने माल बहुत भेजा है ना? हाँ जी। तो पंजाब में आपने कितने फार्म? कम से कम मेरे बहुत फार्म है, कह नहीं सकता मैं, कम से कम 10-12 के करीब मेरे फार्म खुद के हैं पंजाब में। हाँ, पंजाब के अंदर जैसे माशाल्लाह बरमी के अंदर है, गुरदित्त गोड फार्म है, प्रधान गोड फार्म है, एमएलए साहब का फार्म है, पठानकोट के अंदर अपना फार्म है, बठिंडा के अंदर 2 फार्म है अपने, और इधर हिमाचल आउट ऑफ स्टेट भी मेरे बहुत फार्म हैं जो अपने समझ लो दोस्ती में चलते हैं। अगर उनको मैं अपना फार्म बोलूँ ऐसा नहीं, उनको चलाता हूँ मैं हूँ, माल खरीदता हूँ वहाँ से बेचता हूँ। कोई आदमी कहे जी अपना फार्म बोल रहे हैं, मालिक वही है, मदद पूरी कर रहा हूँ, उनकी फुल सपोर्ट है, मैं ही चलाता हूँ सारे फार्म जितने भी हैं। तो अगर हम बाहर जो व्यापारी बाहर माल बेचता है वही फार्म चला सकता है, दूसरा नहीं चला सकता। नए बंदे जो फार्म खोलते हैं मेरे से, अगर किसी ने रैसला लेनी हो फोन लगाए 9-10 बजे के बाद लगाएं, नहीं फोन पर ज्यादातर बात नहीं बनती, एतवार को जब मर्जी आकर मेरे से मिल सकता है। एक बार अपना नंबर बोलो 9592001533। तो भाई भाई के साथ आप बात कर सकते हो कभी भी, शाम को फोन लगाएं भाई। हाँ, शाम को मंडी में रहते हैं भाई, जब मंडी में होते हैं तब मत लगाना भाई, लेकिन कि शाम को आप कभी भी करो तो भाई फोन उठाएंगे। और क्वालिटी का माल इनके पास होता है जैसे आपने वीडियो में देखा, तो वीडियो अच्छी लगी तो कमेंट और शेयर जरूर करें। धन्यवाद।